बोलो जी वाहिगुरु आपे एक रंग है आपे रंगी ज्योतिष भावे नानक साई वाहिगुरु ओंकार श्री वाहिगुरु जी की फतेह है। श्री प्रभुति जी सहाय वार श्री प्रभुति जी की पातशाही दसवीं फिर अंगद गुरु तेग अमरदास रामदास सहाय हर जन हर गोविंद नु सिमरो श्री हर राय श्री हरि कृष्ण की आई है जिस बैठे सब दुख जाए तेग बहादुर सिमरिया कर नाम धावे ताई सब साहिबणा दी सहाय दसवें पातशाह साहिब श्री गुरु गोविंद सिंह महाराज सब थाई हुई सहाय दसां पातशाहियों की अद्भुत जोत जुग जुग अटल साहिब श्री गुरु ग्रंथ साहिब जी के पाठ दर्शन दीदार जी का ध्यान करके बोलो जी वाहिगुरु। ਪੰਜਾਂ ਪਿਆਰਿਆਂ ਦੀਆਂ ਮਾਂ ਸਾਹਿਬ ਕਰਦਿਆਂ ਚਾਲੀ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਤੇ ਬੰਦ ਬੰਦ ਕਟਾਏ ਕੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕਿਸਾਂ ਸਦਕ ਸਵਸਾਂ ਸੰਗ ਨਿਭਾਈ ਤਿਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੁ ਦਾਨ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਪਿਤਾ ਜੀ ਹੋ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਜਿਨ੍ਹਾਂ ਦੇ ਖੁੱਲੇ ਦਰਸ਼ਨ ਸਿਦਾਰੇ ਆਪ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਗੁਰੂ ਗਰੀਬ ਨਿਵਾਸ ਪੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਚਰਨਾਂ ਕਮਲਾ ਪਾਸ ਅਰਦਾਸ ਬੇਨਤੀ ਹੋਵੇ ਆਪ ਜੀ ਦੇ ਜੁਗ ਜੁਗ ਅਟਲ ਬਚਨ ਹਨ ਸਤਿਗੁਰ ਪਾਤਸ਼ਾਹ ਜੀ ਰਾਣਾ ਰਾਵ ਨਾ ਕੋ ਰਹੇ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਤੀਰ ਜਿਹਾ ਛੇ ਲਿਖਿਆ ਤਿਹਾ ਹੁਕਮ ਕਮਾਈ ਕੱਲੇ ਆਵੇ ਨਾਨਕਾ ਸੱਜੇ ਉੱਠ ਜਾਂਦੇ ਮਹਾਂਵਾਕਾਂ ਅਨੁਸਾਰ ਸਤਿਗੁਰ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਵਿੱਚ ਪਹੁੰਚ ਜੁਗ ਹੈ ਜੀ ਸਰਬਵਾਸੀ ਬੀਬੀ ਅਮਰਜੀਤ ਕੌਰ ਜੀ ਸਤਿਗੁਰ ਜੀ ਧਰਮ ਸਰਬਤਨੀ ਸਰਬਵਾਸੀ ਸਰਦਾਰ ਗੁਰਦਿਆਲ ਸਿੰਘ ਜੀ ਸਰਬੋਤਰੀ ਸਰਦਾਰ ਸਰਬਵਾਸੀ ਸਰਦਾਰ ਗੁਰਬੀਰ ਸਿੰਘ ਜੀ ਸਤਿਗੁਰ ਪਾਤਸ਼ਾਹ ਜੀ ਤਿਨਾਂ ਦੀ ਸਤਿਗੁਰੂ ਦਾ ਤਰਫ ਆਤਮਿਕ ਕਲਿਆਣਤਾ ਵਾਸਤੇ ਸਤਿਗੁਰ ਜੀ ਸਮੂਹ ਪਰਿਵਾਰ ਅਤੇ ਬੱਚਿਆਂ ਵੱਲੋਂ ਬੱਚੇ ਹਰਪ੍ਰੀਤ ਕੌਰ ਅਤੇ ਮਹਿਪ ਸਿੰਘ ਸਨ ਸਤਿਗੁਰੂ ਜੀ ਤਿਨਾਂ ਸਮੂਹ ਪਰਿਵਾਰ ਵੱਲੋਂ ਸਤਿਗੁਰੂ ਜੀ ਦੀ ਆਤਮਿਕ ਕਲਿਆਣਤਾ ਵਾਸਤੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੀ ਸੰਪੂਰਨਤਾ ਹੋਈ ਸਤਿਗੁਰ ਪਾਤਸ਼ਾਹ ਜੀ ਉਪਰੰਤ ਆਪ ਜੀ ਦੀ ਰੱਬੀ ਬਾਣੀ ਵਿੱਚੋਂ ਸ਼ਬਦ ਕੀਰਤਨ ਦੇ ਗਾਇਨ ਹੋਏ ਛੇ ਪੌੜੀ ਅਨੰਦ ਸਾਹਿਬ ਜੀ ਦੀ ਬਾਣੀ ਦੇ ਗਾਇਨ ਵਿੱਚ ਸਤਿਗੁਰੂ ਜੀ ਗੁਰਬਾਣੀ ਪੜ੍ਹਦੇ ਹਾਂ ਸੁਣਦੇ ਹਾਂ ਆਪ ਜੀ ਦੇ ਪਾਠੀ ਸਿੰਘਾਂ ਪਾਸੋਂ ਦਸਰਿਆਂ ਪਾਸੋਂ ਸੰਗਤਾਂ ਪਾਸੋਂ ਬੇਨਤ ਫੁਲਾਰੀਆਂ ਹੋਣਗੀਆਂ ਆਪ ਬਣ ਜਾਣ ਜਾਣ ਕੇ ਖਿਮਾ ਕਰਨਾ ਬੜੇ ਸੁਣੇ ਬਾਣੀ ਦਾ ਮਹਿਤਵ ਵਿਛੜੀ ਗੁਰੂ ਥਾਈ ਪ੍ਰਦਾਨ ਕਰਨਾ ਸੁਰਗਵਾਸੀ ਬੀਬੀ ਅਮਰਜੀਤ ਕੌਰ ਜੀ ਨੂੰ ਸਦੀ ਕਾਲੀ ਆਪਣੇ ਚਰਨਾਂ ਚ ਨਿਵਾਸ ਬਖਸ਼ਣਾ ਸਤਿਗੁਰੂ ਜੀ 84 ਦੀ ਆਵਾਗਮਨ ਦੇ ਗੇੜ ਤੋਂ ਮੁਕਤ ਕਰਨਾ ਸਤਿਗੁਰੂ ਜੀ ਪਿੱਛੇ ਪਰਿਵਾਰ ਬੱਚਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਆਪ ਜੀ ਦੇ ਪਰਿਵਾਰ ਨੂੰ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦੇ ਵਾਸਤੇ ਸੋਹਣੇ ਪੁਸ਼ਾਕੇ ਹਾਜ਼ਰ ਕੀਤੇ ਆਪ ਅੰਗੀਕਾਰ ਕਰੋ ਲੋਕ ਪ੍ਰਲੋਕ ਪੜਦੇ ਕੁਜਨੇ ਸਤਿਗੁਰੂ ਜੀ ਬਖਸ਼ੀਆਂ ਦਾਤਾਂ ਵਿੱਚੋਂ ਪਰਿਵਾਰ ਵੱਲੋਂ ਪਾਠੀ ਸਿੰਘਾਂ ਵਾਸਤੇ ਬੇਨਤੀ ਮੈਂ ਪਿੰਡ ਹਾਜ਼ਰ ਹੋਈ
ਸਤਿਗੁਰੂ ਜੀ ਗੁਰੂ ਘਰ ਵਾਸਤੇ ਬੇਅੰਤ ਸ਼ਬਦ ਗੁਰਬਾਣੀ ਦਾ ਸਤਿਕਾਰ ਕਰਦੇ ਹਾਂ। ਕੀਰਤਨ ਮੈਂ ਭੇਟਾਂ ਜਿਹੜੇ ਖਜ਼ਾਨੇ ਨੂੰ ਪੂਰ ਕਰਨੇ ਪਰਿਵਾਰ ਵੱਲੋਂ ਬੇਅੰਤ ਅਰਦਾਸ ਮੈਂ ਸੰਪੂਰਨ ਹਾਜ਼ਰ ਹੋਈ। ਸਤਿਗੁਰੂ ਜੀ ਖਜ਼ਾਨੇ ਨੂੰ ਪੂਰ ਕਰਨਾ ਜੀ, ਪਰਿਵਾਰ ਦਾ ਸਮਾਂ ਸਤਿਗੁਰੂ ਜੀ ਸੁੱਖਾ ਭਰਿਆ ਬਦਲ ਕਰਾਉਣਾ, ਪਾਤਸ਼ਾਹ ਜੀ ਦੌਰ ਸਹਾਇਤਾ ਕਰਨੀ, ਬਖਸ਼ੀਆਂ ਦਾਤਾਂ ਵਿੱਚੋਂ ਪਰਿਵਾਰ ਵੱਲੋਂ ਪਾਵਨ ਕੜਾਹ ਪ੍ਰਸ਼ਾਦ ਜੀ ਦੇਗ ਹਾਜ਼ਰ ਹੈ ਅਤੇ ਗੁਰੂ ਕੇ ਲੰਗਰ ਪ੍ਰਸ਼ਾਦ ਹਾਜ਼ਰ ਹਨ। ਪ੍ਰਵਾਨ ਕਰੋ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਜੋ ਜੀ ਸਕੇ ਸੋ ਆਪ ਜੀ ਦਾ ਪਾਵਨ ਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਜਪੇ। ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਰਿਵਾਰ ਵੱਲੋਂ ਗੁਰੂ ਘਰ ਵਾਸਤੇ ਬਿਸਤਰਿਆਂ ਦੀ ਸੇਵਾ ਹਾਜ਼ਰ ਹੋਈ ਅਤੇ ਸਤਿਗੁਰੂ ਜੀ ਵਰਤਨਾਂ ਦੀ ਸੇਵਾ ਕਰਨੀ ਹਾਜ਼ਰ ਹੋਏ। ਸਤਿਗੁਰੂ ਜੀ ਜਿਨ੍ਹਾਂ ਖਜ਼ਾਨਾ ਮੈਂ ਰਸਤਾ ਹੀ ਖਜ਼ਾਨੇ ਭਰਪੂਰ ਕਰਨੇ ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਹੀ ਕਿਹਾ। ਸਤਿਗੁਰੂ ਪਾਤਸ਼ਾਹ ਜੀ ਆਪ ਰਹਿਮਤਾਂ ਕਰਨਾ, ਜਿਨ੍ਹਾਂ ਖਜ਼ਾਨਾ ਮੈਂ ਰਸਤਾ ਹੀ ਖਜ਼ਾਨੇ ਭਰਪੂਰ ਕਰਨੇ। ਸਤਿਗੁਰੂ ਪਾਤਸ਼ਾਹ ਜੀ ਕਰੋ ਕਿਰਪਾ, ਪਾਪ ਨੂੰ ਹੁਕਮਨਾਮੇ ਬਖਸ਼ ਕੇ ਕਿਰਤਾਰਥ ਕਰੋ, ਹੁਕਮਨਾਮੇ ਤੇ ਚੱਲਣ ਲਈ ਸਮਰਥ ਬਖਸ਼ੋ। ਅੱਖਰ ਵਧਾ ਘਟਾਂ ਭੁਲ ਚੁੱਕਾਂ ਮਾਫ ਕਰਨਾ, ਸਰਬੱਤ ਦੇ ਕਾਰਜ ਰਾਸ ਕਰਨੇ ਸਹਿ, ਸਰਬੱਤ ਦੇ ਕਾਰਜ ਰਾਸ ਕਰਨੇ ਸਹਿ, ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚਿੱਤਾ ਵੇ, ਨਾਨਕ ਨਾਮ ਛੱਡਦੇ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।